welcom friends ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ youtube channel ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਜੀ ਐਂਟੀਟੀ ਪ੍ਰੀ ਪ੍ਰਾਇਮਰੀ ਪੋਸਟਾਂ ਦੇ ਲਈ ਇੰਪੋਰਟੈਂਟ ਟੌਪਿਕ ਇਨਕਲੂਸਿਵ ਐਜੂਕੇਸ਼ਨ ਪਾਰਟ 1 ਵੈਰੀ ਇੰਪੋਰਟੈਂਟ ਕੁਐਸ਼ਨਸ ਨੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੋ ਫਰੈਂਡਸ ਬਾਕੀ ਦੇ ਆ ਵੀਡੀਓਜ਼ ਦੇਖਣਾ ਚਾਹੁੰਦੇ ਹਨ ਉਹ ਇਸ ਵੀਡੀਓ ਦੇ ਵਿੱਚ ਦਿੱਤੇ ਗਏ ਜਿਹੜੇ ਲਿੰਕ ਨੇ ਸੀਡੀਪੀ ਐਂਡ ਜੀਕੇ ਦੀਆਂ ਵੀਡੀਓਜ਼ ਦੇ ਉਹਨਾਂ ਤੇ ਕਲਿੱਕ ਕਰਕੇ ਦੇਖ ਸਕਦੇ ਨੇ ਆਓ ਸ਼ੁਰੂ ਕਰਦੇ ਹਾਂ ਜੀ ਆਪਣਾ ਫਰਸਟ ਕੁਐਸ਼ਨ ਹੈ ਸਮਾਵੇਸ਼ੀ ਸਿੱਖਿਆ ਕੀ ਹੈ ਇਨਕਲੂਸਿਵ এডਿਕੇਸ਼ਨ ਇਸ ਤਾਂ ਆਪਣਾ ਇਸ ਕੁਸ਼ਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਨੇ ਬਿਲਕੁਲ ਕਰੈਕਟ ਨੇ ਜੀ ਸਮਾਵੇਸ਼ੀ ਸਿੱਖਿਆ ਕੀ ਹੈ ਸਾਰੇ ਵਿਦਿਆਰਥੀਆਂ ਨੂੰ ਇੱਕੋ ਜਮਾਤ ਅਤੇ ਬਰਾਦਰੀ ਵਿੱਚ ਸ਼ਾਮਿਲ ਕਰਨਾ ਵਿਅਕਤੀਗਤ ਪਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਅਧਿਆਪਨ ਸਿੱਖਣ ਵਿਧੀਆਂ ਦੀ ਵਰਤੋਂ ਕਰਨਾ ਸਾਰੇ ਵਿਦਿਆਰਥੀਆਂ ਨੂੰ ਵਿਅਕਤੀਗਤ ਸਹਾਇਤਾ ਅਤੇ ਸੇਵਾਵਾਂ ਪ੍ਰਦਾਨ ਕਰਨਾ ਇਸ ਤਰ੍ਹਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਬਿਲਕੁਲ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਸਮੇਲਨ ਸ਼ਾਮਿਲ ਕਰਨਾ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਵਿਚ ਸਟੇਟਮੈਂਟ ਇਜ਼ ਨਾਟ ਟ्रू ਅਬਾਊਟ ਇਨਕਲੂਜ਼ਨ ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ ਸਿਰਫ ਅਪੰਗਤਾ ਵਾਲੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਇਹ ਸਮੇਲਨ ਸ਼ਾਮਿਲ ਕਰਨ ਬਾਰੇ ਇਹ ਕਥਨ ਸਹੀ ਨਹੀਂ ਹੈ ਜੀ ਇਸ ਤਰ੍ਹਾਂ ਆਪਣੀ ਆਪਸ਼ਨ ਡੀ ਬਿਲਕੁਲ கரੈਕਟ ਹੈ ਜੀ ਬਾਕੀ ਦੇ ਜਿਹੜੀਆਂ ਆਪਸ਼ਨਸ ਨੇ ਉਹ ਸਹੀ ਨੇ ਸਮਿਲਨ ਸ਼ਾਮਿਲ ਕਰਨਾ ਦੇ ਬਾਰੇ ਜਾਨੀ ਕਿ ਜਿਵੇਂ ਕਿ ਵਿਭਿੰਨਤਾ ਦਾ ਸਵਾਗਤ ਕਰਨਾ ਡਾਈਵਰਸਿਟੀ ਦਾ ਵੈਲਕਮ ਕਰਨਾ ਉਹਨਾਂ ਲਈ ਜੋ ਬੱਚੇ ਸਕੂਲ ਵਿੱਚ ਵਾਂਝੇ ਆ ਮਹਿਸੂਸ ਕਰਦੇ ਹਨ ਸਿਰਫ ਵਾਂਝੇਾਂ ਤੇ ਕੇਂਦ੍ਰਿਤ ਨਾ ਕਰਕੇ ਸਖਿਆਰਥੀ ਨੂੰ ਲਾਭ ਪਹੁੰਚਾਉਣਾ ਇਹ ਸਾਰੇ ਹੀ ਜਿਹੜੇ ਕਥਨ ਨੇ ਬਿਲਕੁਲ ਸਹੀ ਨੇ ਇਸਮਿਲਨ ਬਾਰੇ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਵਿਕਲਾਂਗਤਾ ਐਕਟ 1995 ਦੀ ਕਿਹੜੀ ਸ਼ਰਤ ਦਾ ਸਕੂਲ ਪਾਲਨ ਨਹੀਂ ਕਰ ਰਿਹਾ ਹੈ ਵਿੱਚ ਪ੍ਰੋਵੀਜ਼ਨ ਆਫ ਦਾ ਡਿਸੇਬਿਲਿਟੀਜ਼ ਐਕਟ 1995 ਇਸ ਦਾ ਸਕੂਲ ਨਾ ਫਾਲੋਇੰਗ ਤਾਂ ਆਪਣਾ ਇਸ ਕੁਸ਼ਨ ਦਾ ਰਾਈਟ ਆਨਸਰ ਹੈ ਜੀ অপਸ਼ਨ ਸੀ ਰੈਂਪ ਵਾਲੀਆਂ ਜਨਤਕ ਥਾਵਾਂ ਅਤੇ ਬਿਲਡਿੰਗਾਂ ਤੱਕ ਸੁਰੱਖਿਅਤ ਪਹੁੰਚ ਮੋਹਈਆ ਕਰਨਾ ਵਿਕਲਾਂਗਤਾ ਐਕਟ 2095 ਦੀ ਇਹ ਜਿਹੜੀ ਸ਼ਰਤ ਹੈ ਉਸ ਦਾ ਸਕੂਲ ਪਾਲਨ ਨਹੀਂ ਕਰ ਰਿਹਾ ਜੀ ਇਸ ਤਰ੍ਹਾਂ ਆਪਸ਼ਨ ਸੀ ਬਿਲਕੁਲ கரੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਤੁਹਾਡੀ ਕਲਾਸ ਵਿੱਚ ਕੁਝ ਬੱਚੇ ਵਿਲੱਖਣ ਯੋਗਤਾ ਵਾਲੇ ਹਨ ਉਹਨਾਂ ਨੂੰ ਤੁਸੀਂ ਕਿਵੇਂ ਪੜ੍ਹਾਓਗੇ ਅ ਫਿਊ ਚਿਲड्रन ਇਨ ਯੂਅਰ ਕਲਾਸ ਆਰ ਐਕਸੈਪਸ਼ਨਲੀ ਬ੍ਰਾਈਟ ਯੂ ਵਿਲ ਟੀਚ ਦੈਮ ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਵਧੇਰੇ ਸਮਗਰੀ ਵਾਲੇ ਪ੍ਰੋਗਰਾਮ ਵਰਤ ਕੇ ਐਨਰਿਸਟ ਜਿਹੜੇ ਪ੍ਰੋਗਰਾਮ ਨੇ ਉਹ ਬੱਚਿਆਂ ਦੇ ਲਈ ਵਰਤ ਕੇ ਵਿਲੱਖਣ ਯੋਗਤਾ ਵਾਲੇ ਬੱਚਿਆਂ ਦੇ ਲਈ ਤਾਂ ਉਸ ਤਰ੍ਹਾਂ ਉਹਨਾਂ ਨੂੰ ਪੜ੍ਹਾਵਾਂਗੇ ਜੀ ਤਾਂ ਆਪਣੀ ਆਪਸ਼ਨ ਸੀ கரੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਰਾਸ਼ਟਰੀ ਸਿੱਖਿਆ ਨੀਤੀ 1986 ਦੇ ਹੇਠ ਲਿਖਿਆਂ ਵਿੱਚੋਂ ਕਿਸ ਦੇ ਲਈ ਏਕੀਕ੍ਰਿਤ ਪ੍ਰੋਗਰਾਮ ਵਿਕਸਿਤ ਕਰਨ ਦਾ ਸੁਝਾਅ ਦਿੱਤਾ ਸੀ ਦ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ 1986 ਸੁਜੈਸਟਡ ਦ ਡਿਵੈਲਪਮੈਂਟ ਆਫ ਇੰਟੀਗ੍ਰੇਟਿਡ ਪ੍ਰੋਗਰਾਮਸ ਫਾਰ ਦ ਹਾਂਜੀ ਇਹਨਾਂ ਦੇ ਵਿੱਚੋਂ ਰਾਸ਼ਟਰੀ ਸਿੱਖਿਆ ਨੀਤੀ 1986 ਨੇ ਏਕੀਕ੍ਰਿਤ ਪ੍ਰੋਗਰਾਮ ਵਿਕਸਿਤ ਕਰਨ ਦਾ ਸੁਝਾਅ ਦਿੱਤਾ ਸੀ ਕਿਸ ਦੇ ਲਈ ਦਿੱਤਾ ਸੀ ਜੀ ਦੱਸਣਾ ਹੈ ਜੀ ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਵਿਕਲਾਂਗ ਬੱਚਿਆਂ ਦੀ ਆਮ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਲਈ ਰਾਸ਼ਟਰੀ ਸਿੱਖਿਆ ਨੀਤੀ 1986 ਨੇ ਏਕੀਕ੍ਰਿਤ ਪ੍ਰੋਗਰਾਮ ਵਿਕਸਿਤ ਕਰਨ ਦਾ ਸੁਝਾਅ ਦਿੱਤਾ ਸੀ ਜੀ ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਦ੍ਰਿਸ਼ਟੀ ਵਿਕਾਰ ਨਾਲ ਗ੍ਰਸਤ ਬੱਚਿਆਂ ਨਾਲ ਕਾਰਜ ਕਰਦੇ ਸਮੇਂ ਇੱਕ ਅਧਿਆਪਕ ਨੂੰ ਕਿਸ ਪ੍ਰਕਾਰ ਦੇ ਅਨੁਦੇਸ਼ਣ ਅਨੁਕੂਲਨ ਕਰਨੇ ਚਾਹੀਦੇ ਹਨ ਕਿਸ ਤਰ੍ਹਾਂ ਦੀ ਜਿਹੜੀ ਇਨਸਟਰਕਸ਼ਨਲ ਐਡਜਸਟਮੈਂਟ ਕਰਨੀ ਚਾਹੀਦੀ ਹੈ ਜੀ ਇੱਕ ਅਧਿਆਪਕ ਨੂੰ ਦ੍ਰਿਸ਼ਟੀ ਵਿਕਾਰ ਨਾਲ ਗ੍ਰਸਤ ਬੱਚਿਆਂ ਦੇ ਨਾਲ ਕੰਮ ਕਰਦੇ ਸਮੇਂ ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਸਪਸ਼ਟ ਰੂਪ ਵਿੱਚ ਬੋਲਣਾ ਅਤੇ ਛੂ ਕੇ ਮਹਿਸੂਸ ਕਰਨ ਵਾਲੀ ਸਮੱਗਰੀ ਦਾ ਜ਼ਿਆਦਾ ਪ੍ਰਯੋਗ ਕਰਨਾ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਸੁਨਣ ਦੇ ਪੱਖੋਂ ਅਪੰਗ ਬੱਚਾ ਅ ਚਾਈਲਡ ਵਿਦ ਹਿਅਰਿੰਗ ਅੰਪੇਅਰਮੈਂਟ ਸਹੀ ਆਪਸ਼ਨ ਦੱਸਣੀ ਹੈ ਜੀ ਸੁਨਣ ਦੇ ਪੱਖੋਂ ਅਪੰਗ ਬੱਚਾ ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਸਧਾਰਨ ਸਕੂਲ ਵਿੱਚ ਚੱਲ ਸਕਦਾ ਹੈ ਜੇ ਢੁਕਵੀਆਂ ਸਹੂਲਤਾਂ ਤੇ ਸਰੋਤ ਪ੍ਰਦਾਨ ਕੀਤੇ ਜਾਣ ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਜੇਕਰ ਕੋਈ ਬੱਚਾ ਹਿੰਦੀ ਖੇਤਰ ਤੋਂ ਤੁਹਾਡੇ ਖੇਤਰ ਵਿੱਚ ਆਉਂਦਾ ਹੈ ਤੇ ਉਹ ਤੁਹਾਡੀ ਭਾਸ਼ਾ ਦਾ ਪ੍ਰਯੋਗ ਕਰਦੇ ਸਮੇਂ ਗਲਤੀ ਕਰਦਾ ਹੈ ਉਸ ਸਮੇਂ ਇੱਕ ਅਧਿਆਪਕ ਵਜੋਂ ਤੁਸੀਂ ਇਹਨਾਂ ਵਿੱਚੋਂ ਕਿਹੜੇ ਕਥਨ ਨੂੰ ਠੀਕ ਮੰਨੋਗੇ ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ ਉਸ ਨੂੰ ਭਾਸ਼ਾ ਦੇ ਪ੍ਰਯੋਗ ਦੇ ਹੋਰ ਮੌਕੇ ਦੇਣੇ ਚਾਹੀਦੇ ਹਨ ਇਸ ਤਰ੍ਹਾਂ ਇਹ ਕਥਨ ਇਸ ਕੁਐਸਚਨ ਦੇ ਅਕੋਰਡਿੰਗ ਬਿਲਕੁਲ ਕਰੈਕਟ ਹੈ ਜੀ ਆਪਣਾ ਆਪਸ਼ਨ ਬੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਵੇਸ਼ੀ ਕਲਾਸ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਮੋਸਟ ਇੰਪੋਰਟੈਂਟ ਇਨ ਐਨ ਇਨਕਲੂਸਿਵ ਕਲਾਸਰੂਮ ਆਪਣਾ ਸਹੀ ਆਨਸਰ ਹੈ ਜੀ অপਸ਼ਨ ਡੀ ਵਿਅਕਤੀਗਤ ਸਿੱਖਿਆ ਯੋਜਨਾ ਇੰਡੀਵਿਜੂਅਲਾਈਜ਼ਡ ਐਜੂਕੇਸ਼ਨ ਪਲਾਨ ਹੈ ਜਿਹੜਾ ਇਹ ਸਮਾਵੇਸ਼ੀ ਕਲਾਸ ਰੂਮ ਦੇ ਵਿੱਚ ਸਭ ਤੋਂ ਮਹੱਤਵਪੂਰਨ ਹੈ ਜੀ ਇਸ ਤਰ੍ਹਾਂ ਆਪਣੀ অপਸ਼ਨ ਡੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼ਾਮਿਲ ਕਰਨਾ ਕੀ ਹੋ ਸਕਦਾ ਹੈ ਇਨਕਲੂਜ਼ਨ ਆਫ ਚਿਲड्रन ਵਿਦ ਸਪੈਸ਼ਲ ਨੀਡਸ ਤਾਂ ਆਪਣਾ ਇਸ ਕੁਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਰਵਈਏ ਸਮਗਰੀ ਅਤੇ ਅਧਿਆਪਨ ਵਿਧੀ ਦੇ ਵਿੱਚ ਬਦਲਾਅ ਦੀ ਲੋੜ ਪਵੇਗੀ ਜੇਕਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼ਾਮਿਲ ਕਰਦੇ ਆਪਾਂ ਇੱਕ ਰੈਗੂਲਰ ਕਲਾਸਰੂਮ ਦੇ ਵਿੱਚ ਤਾਂ ਰਵਈਆ ਅਧਿਆਪਕ ਨੂੰ ਚੇਂਜ ਕਰਨਾ ਪਵੇਗਾ ਸਮਗਰੀ ਵੀ ਜਿਹੜੀ ਵੱਖ-ਵੱਖ ਤਰ੍ਹਾਂ ਦੀ ਯੂਜ਼ ਕਰਨੀ ਪਵੇਗੀ ਤੇ ਬੱਚਿਆਂ ਦੇ ਅਕੋਰਡਿੰਗ ਅਧਿਆਪਨ ਜਿਹੜੀਆਂ ਵਿਧੀਆਂ ਨੇ ਉਹਨਾਂ ਨੂੰ ਵੀ ਵੱਖ-ਵੱਖ ਅਧਿਆਪਨ ਵਿਧੀਆਂ ਨੂੰ ਅਪਣਾਉਣਾ ਪਵੇਗਾ ਤਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਸਹਿਯੋਗਾਤਮਕ ਸਿੱਖਣ ਅਤੇ ਹਾਮ ਉਮਰ ਸਾਥੀਆਂ ਦੁਆਰਾ ਅਧਿਆਪਨ ਨੂੰ ਸਮਾਵੇਸ਼ੀ ਕਲਾਸਰੂਮ ਵਿੱਚ ਕਿਸ ਤਰ੍ਹਾਂ ਉਪਯੋਗ ਕਰਨਾ ਚਾਹੀਦਾ ਹੈ ਕੋਆਪਰੇਟਿਵ ਲਰਨਿੰਗ ਐਂਡ ਪੀਅਰ ਟਿਊਟਰਿੰਗ ਡੈਸ਼ ਇਨ ਐਨ ਇਨਕਲੂਸਿਵ ਕਲਾਸਰੂਮ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਏ ਕਿਰਿਆਸ਼ੀਲਤਾ ਨਾਲ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਜੀ ਸਹਿਯੋਗ ਆਤਮਿਕ ਸਿੱਖਣ ਅਤੇ ਹਮ ਉਮਰ ਸਾਥੀਆਂ ਦੁਆਰਾ ਅਧਿਆਪਨ ਨੂੰ ਸਮਾਵੇਸ਼ੀ ਕਲਾਸਰੂਮ ਦੇ ਵਿੱਚ ਕਿਰਿਆਸ਼ੀਲਤਾ ਨਾਲ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਆਪਣਾ অপਸ਼ਨ ਏ ਕਰੈਕਟ ਹੈ ਜੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਜਿਸ ਜਮਾਤ ਵਿੱਚ ਵਿਪਿੰਨ ਪਿਸ਼ੋਕੜਾਂ ਤੋਂ ਬੱਚੇ ਆਉਂਦੇ ਹਨ ਉੱਥੇ ਇੱਕ ਪ੍ਰਭਾਵੀ ਅਧਿਆਪਕ ਐਨ ਇਫੈਕਟਿਵ ਟੀਚਰ ਇਨ ਅ ਕਲਾਸਰੂਮ ਵੇਅਰ ਚਿਲड्रन ਕਮ ਫਰੋਮ ਡਾਈਵਰਸ ਬੈਕਗਰਾਉਂਡਸ ਬੁਡ ਆਪਣੇ ਦੱਸਣਾ ਹੈ ਜੀ ਜਿਸ ਜਮਾਤ ਦੇ ਵਿੱਚ ਵਿਭਿੰਨ ਪਿਛੋਕੜਾਂ ਤੋਂ ਬੱਚੇ ਆਉਂਦੇ ਹਨ ਉੱਥੇ ਇੱਕ ਪ੍ਰਭਾਵੀ ਅਧਿਆਪਕ ਇਹਨਾਂ ਦੇ ਵਿੱਚੋਂ ਕਿਸ ਨੂੰ ਯੂਜ਼ ਕਰੇਗਾ ਤਾਂ ਆਪਣਾ ਇਸ ਕੁਸ਼ਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ ਸਮੂਹ ਦੀਆਂ ਵਿਅਕਤੀਗਤ ਪਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੀ ਸੱਭਿਆਚਾਰਕ ਜਾਣਕਾਰੀ ਤੇ ਫੋਕਸ ਕਰੇਗਾ ਇਸ ਤਰ੍ਹਾਂ ਇਸ ਕੁਸ਼ਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ ਨੈਕਸਟ ਕੁਸ਼ਨ ਲੈਂਦੇ ਹਾਂ ਜੀ ਇੱਕ ਅਧਿਆਪਕ ਆਪਣੀ ਕਲਾਸ ਵਿੱਚ ਵਿਭਿੰਨਤਾ ਨੂੰ ਸੰਬੋਧਨ ਕਰ ਸਕਦਾ ਹੈ ਔਰ ਟੀਚਰ ਕੈਨ ਅਡਰੈਸ ਡਾਈਵਰਸਿਟੀ ਇਨ ਹਰ ਕਲਾਸ ਬਾਈ ਹਾਂਜੀ ਕਿਸ ਤਰ੍ਹਾਂ ਇੱਕ ਅਧਿਆਪਕ ਆਪਣੀ ਕਲਾਸ ਦੇ ਵਿੱਚ ਵਿਭਿੰਨਤਾ ਨੂੰ ਸੰਬੋਧਨ ਕਰ ਸਕਦਾ ਹੈ ਅਡਰੈਸ ਕਰ ਸਕਦਾ ਹੈ ਤਾਂ ਇਸ ਕੁਸ਼ਨ ਦਾ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਬਿਲਕੁਲ ਕਰੈਕਟ ਨੇ ਜੀ ਇੱਕ ਅਧਿਆਪਕ ਆਪਣੀ ਕਲਾਸ ਦੇ ਵਿੱਚ ਵਿਭਿੰਨਤਾ ਨੂੰ ਸੰਬੋਧਨ ਕਰ ਸਕਦਾ ਹੈ ਵਿਭਿੰਨਤਾਵਾਂ ਨੂੰ ਸਵੀਕਾਰ ਕਰਕੇ ਅਤੇ ਉਹਨਾਂ ਨੂੰ ਮਹੱਤਵ ਦੇ ਕੇ ਡਿਫੈਂਸਸ ਨੂੰ ਐਕਸੈਪਟ ਕਰਕੇ ਤੇ ਵੈਲਿਊ ਦੇ ਕੇ ਬੱਚਿਆਂ ਦੇ ਸਮਾਜਿਕ ਸੱਭਿਆਚਾਰਕ ਉਪਸ਼ੋਕੜ ਨੂੰ ਇੱਕ ਅਧਿਆਪਨ ਸੋਮੇਵਜੂ ਵਰਤ ਕੇ ਅਤੇ ਵੱਖ-ਵੱਖ ਸਿੱਖਣ ਢੰਗਾਂ ਦੀ ਵਰਤੋਂ ਕਰਕੇ ਇਸ ਤਰ੍ਹਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੇ ਆਪਸ਼ਨ ਡੀ ਕਰੈਕਟ ਹੈ ਜੀ ਨੈਕਸਟ ਕੁਐਸਚਨ ਲੈਂਦੇ ਹਾਂ ਜੀ ਵੰਚਿਤ ਸਖਿਆਰਤੀਆਂ ਨਾਲ ਵਿਵਾਰ ਕਰਦੇ ਸਮੇਂ ਇੱਕ ਅਧਿਆਪਕ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੇ ਮੁੱਲ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ ਅ ਟੀਚਰ ਮਸਟ ਬਲੀਵ ਇਨ ਵਿਚ ਆਫ ਦਾ ਫਾਲੋਇੰਗ ਵੈਲਿਊਜ਼ ਵਾਈਲ ਡੀਲਿੰਗ ਵਿਦ ਡਿਸਐਡਵਾਂਟੇਜ ਲਰਨਰਸ ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਏ ਸਿਖਿਆਰਤਿਆਂ ਦੀ ਸਫਲਤਾ ਲਈ ਵਿਅਕਤੀਗਤ ਜ਼ਿੰਮੇਵਾਰੀ ਪਰਸਨਲ ਜਿਹੜੀ ਰਿਸਪੌਂਸੀਬਿਲਟੀ ਹੈ ਜੀ ਉਹ ਅਪਣਾਉਣੀ ਪਵੇਗੀ ਇੱਕ ਅਧਿਆਪਕ ਨੂੰ ਵੰਚਿਤ ਸਿਖਿਆਰਤਿਆਂ ਨਾਲ ਵਿਵਹਾਰ ਕਰਦੇ ਸਮੇਂ ਇੱਕ ਅਧਿਆਪਕ ਨੂੰ ਸਿਖਿਆਰਤਿਆਂ ਦੀ ਸਫਲਤਾ ਲਈ ਵਿਅਕਤੀਗਤ ਜ਼ਿੰਮੇਵਾਰੀ ਲੈਣੀ ਪਵੇਗੀ ਇਸ ਤਰ੍ਹਾਂ অপਸ਼ਨ ਏ ਬਿਲਕੁਲ ਕਰੈਕਟ ਹੈ ਜੀ ਫਰੈਂਡਸ ਆਪਣਾ ਨੈਕਸਟ ਕੁਐਸਚਨ ਹੈ ਜੀ ਇੱਕ ਸਮਾਵੇਸ਼ੀ ਜਮਾਤ ਉਹ ਹੈ ਜਿੱਥੇ ਐਨ ਇਨਕਲੂਸਿਵ ਕਲਾਸਰੂਮ ਇਜ਼ ਥੈਟ ਵੇਅਰ ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ অপਸ਼ਨ ਡੀ ਅਧਿਆਪਕ ਹਰ ਬੱਚੇ ਲਈ ਵਿਭਿੰਨ ਅਤੇ ਅਰਥਪੂਰਨ ਸਿੱਖਣ ਅਨੁਭਵਾਂ ਨੂੰ ਪੈਦਾ ਕਰਦਾ ਹੈ ਇੱਕ ਸਮਾਵੇਸ਼ੀ ਜਮਾਤ ਉਹ ਹੈ ਜਿੱਥੇ ਇੱਕ ਅਧਿਆਪਕ ਹਰ ਬੱਚੇ ਲਈ ਵਿਭਿੰਨ ਅਤੇ ਅਰਥਪੂਰਨ ਸਿੱਖਣ ਅਨੁਭਵਾਂ ਨੂੰ ਪੈਦਾ ਕਰਦਾ ਹੈ ਜੀ ਇਸ ਤਰ੍ਹਾਂ ਆਪਣੀ অপਸ਼ਨ ਡੀ ਬਿਲਕੁਲ ਕਰੈਕਟ ਹੈ ਜੀ ਫਰੈਂਡਸ ਇਸ ਦੇ ਨਾਲ ਹੀ ਆਪਣੀ ਇਹ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਨੈਕਸਟ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਥੈਂਕ ਯੂ ਫਾਰ ਵਾਚਿੰਗ